धनतेरस के त्यौहार के उपर संगरूर दे विच पूरी चहल महल इस वक्त नज़र आ रही है। तुहानू तस्वीर असीं किला मार्केट दीआं दिखाउने आं जिथे कि गड्डियां दी जिहड़ी हैगी आ भरमार आ। लोक अज दे दिन दे विच हर एक जिहड़ी हैगी अपने घर दे लई शॉपिंग करनी किते ना किते चंगी समझदे ने। धन दा बढ़ोतरी जिहड़ी हुंदी आ इस दिन दे विच, अगर तुसीं कोई गहना खरीदते हो कोई भांडा खरीदते हो तो हुंदी आ किते ना किते। वड्डे जिहड़े गिफ्ट ऑफर ने, गिफ्ट जिहड़े हैगे ने वह भी इस वक्त जिहड़े हैगे ने ज्वैलर्स दे दुकानां दे उपर दित्ते जा रहे ने, क्योंकि अज दे दिन लोक अपने घर दे लई कोई गहना कोई बर्तन खरीदना किते ना किते शुभ समझदे ने। ਤਾਂ ਅਸੀਂ ਦੁਕਾਨਦਾਰ ਭਰਾ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦਾ ਮਾਹੌਲ ਹੁੰਦਾ, ਕਿਵੇਂ ਦਾ ਅੱਜ ਦਾ ਜਿਹੜਾ ਦਿਨ ਹੈਗਾ ਉਹਨਾਂ ਦੇ ਵੱਲੋਂ ਮਨਾਇਆ ਜਾਂਦਾ। ਵੀਰ ਜੀ, ਧਨਤੇਰਸ ਅੱਜ ਅਤੇ ਕਿੰਨਾ ਕੁ ਜ਼ਿਆਦਾ ਚਹਿਲ ਪਹਿਲ ਬਾਕੀ ਦਿਨਾਂ ਦੇ ਨਾਲ ਅੱਜ ਹੁੰਦੀ ਹੈ, ਕਿਉਂਕਿ ਅੱਜ ਤੁਹਾਡਾ ਤਿਉਹਾਰ ਆ, ਤੁਹਾਡਾ ਦਿਨ ਅੱਜ? ਵੀਰ ਜੀ, ਅੱਜ ਦਾ ਦਿਨ ਹੀ ਸਾਡੇ ਤਿਉਹਾਰ ਮੰਨਿਆ ਜਾਂਦਾ ਹੈ। ਮਾਤਾ ਲਕਸ਼ਮੀ ਅਤੇ ਗਣੇਸ਼ ਜੀ ਦੀ ਕਿਰਪਾ ਨਾਲ ਸਾਡਾ ਇਹ ਦੀਵਾਲੀ ਦਾ ਸਭ ਤੋਂ ਬੜਾ ਦਿਨ ਮੰਨਿਆ ਜਾਂਦਾ। ਇਸੇ ਦਿਨ ਸਾਡੀ ਜਿਹੜੀ 70-80% ਸੇਲ ਹੈ ਅੱਜ ਦੀ ਨਹੀਂ ਹੋਣੀ ਹੁੰਦੀ ਹੈ ਜੀ। ਬਾਕੀ ਸਾਰੇ ਰਲ ਮਿਲ ਕੇ ਸਾਰੇ ਚਾਰਨਾ ਇਸ ਤਿਉਹਾਰ 'ਤੇ ਪਾਰਟੀਸਪੇਟ ਕਰਦੇ ਨੇ। ਸ਼ਾਮ ਨੂੰ ਐ ਲਾ ਲਓ, ਸ਼ਾਮ ਨੂੰ ਵਧੀਆ ਤਿਉਹਾਰ, ਸ਼ਾਮ ਨੂੰ ਪਤਾ ਲੱਗੂ ਲੱਗਦਾ ਵੀ ਸ਼ਾਮ ਤੱਕ ਕਿੰਨੀ ਕੁ ਵਧੀਆ ਸੇਲ ਹੋ ਗਈ। ਵੈਸੇ ਤਾਂ ਤਿਉਹਾਰ ਮੇਨ ਮੰਨਿਆ ਜਾਂਦਾ ਇਸ ਨੂੰ। ਕਹਿੰਦੇ ਇਹੀ ਦਿਨ ਹੁੰਦਾ ਜਦੋਂ ਸ਼ੋਪਿੰਗ ਕਰਦੇ ਨੇ, ਧਨ ਦੀ ਬੜੋਤਰੀ ਹੁੰਦੀ ਹੈ ਧਨਤੇਰਸ ਦੇ ਉੱਪਰ ਸ਼ੋਪਿੰਗ ਕਰਨ ਦੀ, ਤਾਂ ਅੱਜ ਲੈ ਕੇ ਫਿਰ ਦੀਵਾਲੀ ਨੂੰ ਮੱਥਾ ਟੇਕਦੇ ਨੇ ਲੋਕ ਉਸ ਚੀਜ਼ ਦਾ। ਇਹਦਾ ਧਨਤੇਰਸ ਦਾ ਮਤਲਬ ਜੀ 13 ਗੁਣਾ ਧਨ ਹੁੰਦਾ। ਜੇ ਤੁਸੀਂ ਕੋਈ ਅੱਜ ਕੋਈ ਵੀ ਸੋਨੇ ਚਾਂਦੀ ਚੀਜ਼ ਖਰੀਦਦੇ ਹੋ ਉਹ ਤੁਹਾਡੀ 13 ਗੁਣਾ ਹੋ ਜੂਗੀ। ਆਉਣ ਵਾਲੇ ਸਾਲ ਵਿੱਚ ਉਹ ਮਾਤਾ ਲਕਸ਼ਮੀ ਕਰਨਗੇ, ਕਿਰਪਾ ਕਰਨਗੇ। ਬਾਕੀ ਜੋ ਪੂਜਾ ਹੁੰਦੀ ਹੈ ਉਹ ਮਾਤਾ ਲਕਸ਼ਮੀ ਦੀ, ਗਣੇਸ਼ ਜੀ ਦੀ, ਉਹ ਦੀਵਾਲੀ ਦਿਨ ਤਾਂ ਹੁੰਦੀ ਹੈ ਜੀ। ਕਿਤੇ ਨਾ ਕਿਤੇ ਲੋਕਾਂ 'ਚ ਕਿੰਨਾ ਕੁ ਉਤਸ਼ਾਹ ਹੈ, ਕਿਉਂਕਿ ਅੱਜ ਦਾ ਦਿਨ ਆ ਸਪੈਸ਼ਲ, ਕਿੰਨਾ ਕੁ ਆਮ ਗਾਹਕ ਦੇ ਨਾਲੋਂ ਅੱਜ ਲੋਕ ਤੁਹਾਡੇ ਕੋਲ ਜ਼ਿਆਦਾ ਆ ਰਹੇ ਨੇ? ਦੱਸਿਆ ਜੀ, 70-80% ਸਾਡੇ ਅੱਜ ਦੇ ਦਿਨ ਨਿਕਲਦੀ ਹੈ ਜਿੰਨੀ ਦੀਵਾਲੀ ਹੁੰਦੀ ਹੈ। ਮੇਨ ਸਾਡਾ ਇਹੀ ਦਿਨ 70-80% ਜਿਹੜੀ ਸੇਲ ਅੱਜ ਦਿਨ ਹੀ ਨਿਕਲਦੀ ਹੈ। ਉਸ ਤਾਂ ਸਪੈਸ਼ਲ ਆਫਰ ਵੀ ਲਵਾਤੀ ਹੈਗੀ ਹੈ ਜਿਹੜੀ ਗਿਫਟ ਦੀ, ਇਹ ਕੀ ਤੁਹਾਡੇ ਵੱਲੋਂ ਆਫਰ ਦਿੱਤੀ ਜਾ ਰਹੀ ਹੈ? ਇਹ ਜੀ, ਕੋਈ ਵੀ ਸਾਡੇ ਕੋਈ ਵੀ ਚਾਂਦੀ ਦਾ ਸਿੱਕਾ ਲੈ ਲਓ, ਕੋਈ ਵੀ ਚਾਂਦੀ ਦੀ ਆਈਟਮ ਲੈ ਲਓ, ਤਾਂ ਅਸੀਂ ਇੱਕ ਐਜ ਏ ਚਲੋ ਯਾਦ ਰੱਖਦਾ ਬੰਦਾ ਦੀਵਾਲੀ 'ਤੇ ਦੀਪ ਜਿਵੇਂ ਦੀਏ ਦੇ ਰਹੇ ਹਾਂ ਉਹ ਦੀਵਾਲੀ 'ਤੇ ਯੂਜ਼ ਕਰਨਗੇ ਤਾਂ ਸਾਨੂੰ ਵੀ ਯਾਦ ਰੱਖਣਗੇ, ਨੈਕਸਟ ਟਾਈਮ ਵੀ ਯਾਦ ਰੱਖਣਗੇ ਵੀ ਚਲੋ ਵੀ ਹਾਂਜੀ ਸਾਨੂੰ ਉੱਥੋਂ ਗਿਫਟ ਮਿਲਿਆ ਸੀ, ਅਸੀਂ ਆਪਣੀ ਦੁਕਾਨ ਵਿੱਚ ਲੋਕਾਂ ਨਾਲ ਮਿਲਵਰਤਨ 'ਚ ਸਾਂਝ ਵਧਾਉਣ ਲਈ ਤਾਂ ਕਰ ਰਹੇ ਹਾਂ। ਜਦੋਂ ਦੀਵਾਲੀ ਪੂਜਾ ਹੁੰਦੀ ਆ ਉਦੋਂ ਆਪਾਂ ਕਿਤੇ ਨਾ ਕਿਤੇ ਇਹ ਜਿਹੜੇ ਤੁਹਾਡੇ ਪਿੱਛੇ ਦੇਖ ਰਹੇ ਨੇ ਲਕਸ਼ਮੀ ਜੀ ਦੀ ਜਿਹੜੀ ਹੈਗੀ ਆ, ਇਹ ਆਪਾਂ ਜਿੱਥੇ ਪੂਜਾ ਸਥਲ ਦੇ ਉੱਪਰ ਰੱਖਦੇ ਹਾਂ, ਤਾਂ ਉਹ ਅੱਜ ਦੇ ਦਿਨ ਲਿਜਾ ਕੇ ਫਿਰ ਜਿਹੜੀ ਹੈਗੀ ਆ ਇਹ ਚੀਜ਼ਾਂ ਦੀ ਪੂਜਾ ਕੀਤੀ ਜਾਂਦੀ ਹੈ? ਹਾਂਜੀ ਹਾਂਜੀ, ਹਰ ਇੱਕ ਬੰਦਾ ਆਪਣੇ ਅਨੁਸਾਰ ਕਰਦਾ, ਕੋਈ ਕੀ ਚਾਂਦੀ ਦੀ, ਕੋਈ ਸੋ ਉਹਦੀ 'ਚ ਸੋਨੇ ਦੀ, ਕੋਈ ਕਿਵੇਂ, ਹਰ ਇੱਕ ਬੰਦਾ ਇਹ ਦਿਖਾਓਗੇ ਸਰ ਕਿਸ ਤਰੀਕੇ ਨਾਲ ਤੁਸੀਂ ਜਿਹੜਾ ਸਪੈਸ਼ਲ ਤੁਹਾਡੇ ਵੱਲੋਂ ਇਹ ਬਣਾਇਆ ਗਿਆ ਕਿ ਮਾਤਾ ਲਕਸ਼ਮੀ ਦਾ ਜਾਂ ਕਿਸ ਤਰੀਕੇ ਦੇ ਨਾਲ ਪੂਜਾ? ਰਾਮ ਦਰਬਾਰ ਹੈ ਜੀ, ਇਹ 'ਚ ਮਾਤਾ ਸ਼ੇਰਾਵਾਲੀ ਦੀ ਫੋਟੋ ਹੈ ਜੀ। ਅੱਛਾ ਜੀ, ਇਹ ਚਾਂਦੀ ਦੀ, ਪਿਓਰ ਚਾਂਦੀ ਦੇ ਬਣੇ ਹੁੰਦੇ ਨੇ ਜੀ। ਠੀਕ ਹੈ ਜੀ, ਐਵੇਂ ਇਹ ਅਲੱਗ ਅਲੱਗ ਆਈਟਮਸ ਨੇ ਜੀ, ਆਹ ਲਕਸ਼ਮੀ ਨੇ ਜੀ ਨੇ। ਠੀਕ ਹੈ ਜੀ, ਇਹ ਪਿਓਰ ਚਾਂਦੀ ਦੀ ਹੁੰਦੀ ਹੈ ਆਈਟਮ, ਬਾਕੀ ਆਪਣੇ ਸ਼ਰਧਾ ਅਨੁਸਾਰ ਇੱਕ ਬੰਦਾ ਇਹ ਗਿਫਟ ਆਈਟਮ ਦੇ ਤੌਰ 'ਤੇ ਹੀ ਵਰਤੀ ਜਾਂਦੀ ਹੈ। ਕਿਸੇ ਨੇ ਕਿਸੇ ਨੂੰ ਵੀ ਆਪਣੇ ਰਿਸ਼ਤੇਦਾਰ ਨੂੰ ਦੇਣਾ, ਭਾਈ ਭੈਣ ਨੂੰ ਦੇਣਾ, ਤਾਂ ਇਹ ਚੀਜ਼ਾਂ ਨੂੰ ਵਰਤਦਾ ਜੀ। ਠੀਕ ਹੈ ਜੀ, ਅੱਜ ਦਾ ਬੱਚੇ ਤੁਸੀਂ ਵੀ ਡਿਊਟੀ ਕਰ ਰਹੇ ਹੋ, ਪੂਰੀ ਪਾਪਾ ਦੇ ਨਾਲ ਲੱਗੇ ਹੋਏ ਆ? ਹਾਂਜੀ। ਅੱਜ ਸਪੈਸ਼ਲ ਦਿਨ ਆ, ਜ਼ਿਆਦਾ ਕਸਟਮਰ ਕਰਕੇ ਸਰਵਿਸ ਤੁਹਾਡੀ ਵੀ ਹੈ, ਸਕੂਲ ਨਹੀਂ ਹੈਗਾ? ਹਾਂਜੀ, ਵੈਸੇ ਮੈਂ ਸਕੂਲ ਗਈ ਸੀ, ਸਕੂਲ ਤੋਂ ਆ ਕੇ ਇੱਥੇ ਆ ਗਈ ਸ਼ੌਪ 'ਤੇ। ਅੱਛਾ, ਤਾਂ ਇਹ ਗਿਫਟ ਵਗੈਰਾ ਦੇਣ ਦੀ ਡਿਊਟੀ ਤੁਹਾਡੀ ਹੋਣੀ ਆ ਹੁਣ? ਹਾਂਜੀ। ਕੀ ਆਫਰ ਲਈ ਹੈ ਗਿਫਟ ਦੀ? ਗਿਫਟ ਜੇ ਕੋਈ ਜਵੈਲਰੀ ਵਗੈਰਾ ਲੈਂਦਾ ਤਾਂ ਉਸਨੂੰ ਮਤਲਬ ਗਿਫਟ ਦਿੰਦੇ ਹਾਂ, ਅਤੇ ਉਹ ਬਹੁਤ ਖੁਸ਼ ਹੁੰਦੇ ਨੇ ਲੈ ਕੇ, ਬਹੁਤ ਅੱਛਾ ਲੱਗਦਾ ਉਹਨਾਂ ਨੂੰ। ਹੋਰ ਬਿਲਕੁਲ, ਅੱਜ ਧਨਤੇਰਸ ਦਾ ਜਿਹੜਾ ਹੈਗਾ ਤਿਉਹਾਰ ਉਹ ਸੰਗਰੂਰ ਦੇ ਵਿੱਚ ਵੀ ਮਨਾਇਆ ਜਾ ਰਿਹਾ, ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ। ਜਵੈਲਰੀ ਦੀਆਂ ਜਿਹੜੀਆਂ ਦੁਕਾਨਾਂ ਹੈਗੀਆਂ ਨੇ ਉਹਨਾਂ ਦੇ ਉੱਪਰ ਭੀੜ ਲੱਗੀ ਹੋਈ ਹੈ, ਅਤੇ ਖਾਸ ਤੌਰ 'ਤੇ ਲੋਕਾਂ ਨੂੰ ਚਾਅ ਹੁੰਦਾ ਅੱਜ ਦੇ ਦਿਨ ਜਿਹੜੀ ਹੈਗੀ ਆ ਇਹ ਸ਼ੋਪਿੰਗ ਕਰਕੇ, ਕਿਉਂਕਿ ਚੰਗਾ ਦਿਨ ਮੰਨਿਆ ਜਾਂਦਾ ਧਨ ਦੀ ਬੜੋਤਰੀ ਜਿਹੜੀ ਹੈਗੀ ਅੱਜ ਦੇ ਦਿਨ ਕਰਨ ਦੇ ਲਈ ਜਿਹੜਾ ਹੈਗਾ ਇਹ ਕਿਤਾਬਾਂ ਦੇ ਵਿੱਚ ਲਿਖਿਆ ਗਿਆ ਕਿ ਅਗਰ ਅੱਜ ਤੁਸੀਂ ਸ਼ੋਪਿੰਗ ਕਰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਜਿਹੜੀ ਧਨ ਦੀ ਬੜੋਤਰੀ ਹੈਗੀ ਆ ਉਹ ਹੋਵੇਗੀ। ਚਰਨਜੀਵ ਕੌਸ਼ਲ ਸੰਗਰੂਰ ਤੋਂ, ਨਿਊਜ਼ 18 ਪੰਜਾਬ।